ਦੇਸ਼ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਤੇ ਜਿਹੜੇ ਵਾਦੇ ਉਸ ਵळे ਬਹੁਤ ਵੱਡੇ ਕੀਤੇ ਕਿਸਮਾਂ ਵੀ ਖਾਧੀਆਂ ਉਹਨਾਂ ਚ ਕੋਈ ਵੀ ਇੱਕ ਵੀ ਵਾਦਾ ਜਿਹੜਾ ਪੂਰਾ ਨਿਪਰੇ ਜਿਹੜਾ ਨਹੀਂ ਚੜਿਆ ਬਾਲ ਸਾਹਬ ਨੇ ਜੋ ਕਿਹਾ ਜਿੰਦਗੀ ਦੇ ਵਿੱਚ ਉਹ ਕੀਤਾ ਪੰਜ ਵਰਮ ਮੁੱਖ ਮੰਤਰੀ ਸੇਵਾਦਾਰ ਲੋਕਾਂ ਨੇ ਬਣਾਇਆ ਤੇ ਉਹ ਉਹ ਮਤਲਬ ਵਾਦੇ ਘਟ ਕਰਦੇ ਸੀ ਕੰਮ ਜ਼ਿਆਦਾ ਕਰਦੇ ਸੀ ਧਿਆਨ ਧੰਕਾਉਣ ਦਾ ਜਿਹੜਾ ਕੰਮ ਹੈ ਵੀ ਉਹ ਦੂਜੇ ਪਾਸੇ ਲਾਹੜੀਏ ਲੋਕਾਂ ਨੂੰ ਲਾਹੜੀਏ ਤੇ ਸਾਡੇ ਵਾਲੇ ਕੁਝਾਨੂੰ ਪੁੱਛੇ ਨਾ ਵੀ ਸਾਡੀਆਂ ਨੌਕਰੀਆਂ ਕਿੱਥੇ ਆ ਸਾਡੇ ਕਰਜ਼ੇ ਮਾਫ਼ ਵਾਲੀ ਗੱਲ ਕਿੱਥੇ ਆ ਪੰਜਾਬ ਮੰਗਦਾ ਹੈ ਜਵਾਬ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ 82 ਵਿਖੇ ਲਾ ਮਿਸਾਲ ਇਕੱਠ ਕੀਤਾ ਗਿਆ ਹੈ ਸਾਬਕਾ ਮੰਤਰੀ ਗੁਲਜਾਰ ਸਿੰਘ ਰਣਕੇ ਸਾਡਾ ਮੌਜੂਦ ਹੈ ਗੱਲਬਾਤ ਵੀ ਕਰਾਂਗੇ ਮੰਤਰੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਰੈਲੀ ਕੀਤੀ ਗਈ ਸੀ ਅੱਜ ਜੋ 82 ਹੜਕੇ ਦੇ ਵਿੱਚ ਸੰਗਤਾਂ ਦਾ ਇਕੱਠ ਹੋਇਆ ਹੈ ਮੈਂ ਮਹਿਸੂਸ ਕਰਦਾ ਸੰਗਤਾਂ ਵੀ ਮਹਿਸੂਸ ਕਰਦੀਆਂ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਨੂੰ ਤਕਰੀਬਨ ਆ ਪੰਜਵਾਂ ਸਾਲ ਲੱਗ ਗਿਆ ਤੇ ਜਿਹੜੇ ਵਾਦੇ ਉਸ ਵळे ਬਹੁਤ ਵੱਡੇ ਕੀਤੇ ਕਿਸਮਾਂ ਵੀ ਖਾਧੀਆਂ ਉਹਨਾਂ ਚ ਕੋਈ ਵੀ ਇੱਕ ਵੀ ਵਾਦਾ ਜਿਹੜਾ ਪੂਰਾ ਨਿਪਰੇ ਜਿਹੜਾ ਨਹੀਂ ਚੜਿਆ ਜੇ ਕੋਈ ਮੜਾ ਮੋਟਾ ਕੇ ਇਹਨੂੰ ਹੱਥ ਪਾਇਆ ਤਾਂ ਅੱਧਾ ਮਤਲਬ ਅੱਧੇ ਉਹ ਦੂਜਾ ਤੀਜਾ ਚੌਥਾ ਹਿੱਸਾ ਹੀ ਮਦਦ ਹੋਇਆ ਇਹਦੇ ਅਕਾਲੀ ਨਾਲ ਕਹਿੰਦੇ ਨੇ ਵਾਦਾ ਪੂਰਾ ਨਹੀਂ ਕੀਤਾ ਕੈਪਟਨ ਸਾਹਿਬ ਦੇ ਕਹਿੰਦੇ 85 ਫੀਸਦੀ ਵਾਦੇ ਪੂਰੇ ਕਰਤੇ ਉਹ ਕੈਪਟਨ ਸਾਹਿਬ ਦੇ ਵੇਖੋ ਉਹ ਸੌਂਖਾ ਕੇ ਜਿਹੜਾ ਬੰਦਾ ਮੁੱਕਰ ਸਕਦਾ ਤੋਂ ਉਹਨੂੰ ਆਪਾਂ ਕੀ ਕਹਿ ਸਕਦੇ ਉਹ ਉਹਨਾਂ ਦੇ ਇਤਬਾਰ ਕੀ ਕਰ ਸਕਦੇ ਆਪਾਂ ਵਾਧੇ ਦੇ ਕੀ ਉਹ ਅੰਕੜੇ ਦੇਈ ਜਾਂਦੇ ਪਾਣੀ ਕਿੱਥੋਂ ਦੇਈ ਜਾਂਦੇ ਬੱਲੋ ਇਹਦੇ ਲੋਕਾਂ ਨੇ ਦੱਸਣਾ ਲੋਕਾਂ ਨੂੰ ਪਰਸ਼ੋਦ ਜੇ ਜਰੋਂ ਪੁੱਛੋਗੇ ਤੇ ਲੋਕ ਹੀ ਦੱਸ ਦੇਣਗੇ ਵੀ ਕੀ ਮਤਲਬ ਕਿਸੇ ਨੂੰ 50000 ਰੁਪਏ ਦੇ ਤੱਕ ਸਕਣ ਮਿਲ ਗਿਆ ਕੀ ਪੈਨਸ਼ਨ 2500 ਜਿਹੜੀ ਦੇਣੀ ਸੀ ਉਹ ਮਿਲ ਗਈ ਔਰ ਉਹਦੇ ਨਾਲ ਜਿਹੜੇ ਵਜੀਫਿਆਂ ਦੇ ਮਸਲੇ ਹੀ ਬੱਚਿਆਂ ਦੇ 2 3 ਲੱਖ ਦੇ ਲਗਭਗ ਬੱਚਿਆਂ ਬੱਚੇ ਇਹਨਾਂ ਨੂੰ ਡਿਗਰੀਆਂ ਨਹੀਂ ਮਿਲ ਸਕੀਆਂ ਵਜੀਫੇ ਚ ਸਕਾਲਰਸ਼ਿਪਾਂ ਬੰਦ ਹੋ ਗਈਆਂ ਸੈਕੰਡ ਸਕੀਮ ਜਿਹੜੀ ਉਹ ਘਰੇ ਸਮੇਂ ਸਿਰ ਨਹੀਂ ਮਿਲ ਸਕੀ ਆਲਟਾ ਦਾਲ ਦੇ ਕਾਰਡ ਉਹਦਾ ਦਾ ਕੱਟੇ ਜਾ ਰਹੇ ਆ ਪੈਨਸ਼ਨਾਂ ਦੇ ਲੋਕਾਂ ਨੂੰ ਨੋਟਸ ਆ ਗਏ ਨੇ ਵਾਪਸ ਦਿਓ ਕਦੀ ਇਤਨਾ ਨਹੀਂ ਹੋਇਆ ਕਿ ਬਜ਼ੁਰਗ ਨੇ 2 4 ਛੋ ਜਿ ਲਿਆ ਤਾਂ ਉਹ ਮਤਲਬ ਵਾਪਸ ਕਿਹਨੂੰ ਦੇ ਸਕਦਾ ਇਸ ਕਰਕੇ ਅੱਜ ਕਿਸਾਨਾਂ ਦਾ ਤੁਸੀਂ ਦੇਖ ਲਓ ਜਿਹੜਾ ਮਸਲਾ ਮਜ਼ਦੂਰ ਆ ਕਿਸਾਨ ਆ ਪੰਜਾਬੀਆਂ ਦਾ ਕਹਿ ਲੋ ਜਾਂ ਦੇਖ ਦੇ ਲੋਕਾਂ ਦਾ ਉਹ 6-7 ਮਹੀਨੇ ਹੋ ਗਏ ਆ ਸੈਂਟਰ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਰਲ ਕੇ ਇਹ ਗੇਮ ਖੇਡਣ ਦਾ ਹੈ ਕਿ ਉਹ ਮਸਲਾ ਨਹੀਂ ਕੋਈ ਦਾ ਵੱਡਾ ਮਸਲਾ ਨਹੀਂ ਜੇ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਕੋ ਜਾ ਕੇ ਬਹਿ ਜਾਂਦੇ ਤੇ ਪਾਰਟੀਆਂ ਦੂਸਰੀਆਂ ਵੀ ਨਾਲ ਲੈਂਦੇ ਸਾਰੇ ਉੱਥੇ ਜਾ ਕੇ ਉਹਨਾਂ ਨੂੰ ਬੇਨਤੀ ਕਰਦੇ ਤੇ ਮੇਰੇ ਹੱਥ ਕੋਈ ਇਹੋ ਜਿਹੀ ਗੱਲ ਨਹੀਂ ਕਿ ਜਿਹੜਾ ਨਾ ਹੋਣ ਵਾਲਾ ਹੁੰਦਾ ਉਹਨੇ ਅਜੇ ਤੱਕ ਉੱਥੇ ਨਹੀਂ ਜਾ ਸਕਿਆ ਹੁਣ ਆਖਰੀ ਦਾ ਮਸਲਾ ਆ ਗਿਆ ਵੀ ਪੈਸੇ ਜਿਹੜੇ ਅਸਲ ਦੇ ਕਿਸਾਨ ਦੇ ਖਾਤੇ 'ਚ ਜਾਣਗੇ ਆੜਤੀਆਂ ਦੇ ਵਿੱਚ ਕੱਟ ਕਰਨ ਵਾਸਤੇ ਉਹ ਹੋਰ ਮਸਲੇ ਕ੍ਰੀਏਟ ਕਰੀ ਜਾ ਰਹੇ ਨੇ ਇਹਨਾਂ ਨੂੰ ਉੱਥੇ ਜਾਣ ਚਾਹੀਦਾ ਜਾ ਕੇ ਬਹਿਣਾ ਚਾਹੀਦਾ ਸੀ ਵੀ ਸਾਡੇ ਸਿਸਟਮ ਜਿਹੜਾ ਪਹਿਲਾਂ ਚੱਲ ਰਿਹਾ ਬੜਾ ਵਧੀਆ ਚੱਲ ਰਿਹਾ ਪਹਿਲਾਂ ਜੇ ਬਿੱਲ ਨਹੀਂ ਪਾਸ ਤੋਂ ਵੀ ਚੱਲ ਰਿਹਾ ਸੀ ਤੇ ਇਸ ਕਰਕੇ ਨਵੀਆਂ ਤੋਂ ਨਵੀਆਂ ਗੱਮਾਂ ਇਹ ਰਲ ਕੇ ਖੇਡਦੇ મોદી ਸਰਕਾਰ ਵੀ ਕਾਂਗਰਸ ਸਰਕਾਰ ਵੀ ਤਾਂ ਲੋਕ ਐ ਵਲੇ ਬਹੁਤ ਦੁਖੀ ਹੋਗੇ ਔਰ ਲੋਕ ਇਹ ਚਾਹੁੰਦੇ ਤਬਦੀਲੀ ਚਾਹੁੰਦੇ ਨੇ ਕਿ ਬਾਦਲ ਸਾਹਿਬ ਨੇ ਜੋ ਕਿਹਾ ਜ਼ਿੰਦਗੀ ਦੇ ਵਿੱਚ ਉਹ ਕੀਤਾ ਪੰਜ ਵਰਮ ਮੁੱਖ ਮੰਤਰੀ ਸੇਵਾਦਾਰ ਲੋਕਾਂ ਨੇ ਬਣਾਇਆ ਤੇ ਉਹ ਬਹੁਤ ਮਤਲਬ ਵਾਦੇ ਘੱਟ ਕਰਦੇ ਸੀ ਕੰਮ ਜ਼ਿਆਦਾ ਕਰਦੇ ਅੱਜ ਲੋਕ ਮਹਿਸੂਸ ਕਰ ਲਾ ਪਏ ਵੀ ਇਹ ਜਿੰਨੀਆਂ ਪਾਰਟੀਆਂ ਨਤਰੀਆਂ ਫੜਦੀਆਂ ਨਵੀਆਂ ਜਾਂ ਕਾਂਗਰਸ ਆ ਜਾਂ ਹੋਰ ਉਹ ਇੱਕ ਤੋਂ ਇੱਕ ਝੂਠਬਾਨ ਦੀ ਰੇਸ 'ਚ ਲੱਗੇ ਪਏ ਨੇ ਵੀ ਅਸੀਂ ਵੱਡਾ ਝੂਠ ਹੀ ਮਾਰ ਲਿਆ ਉਹਦੇ ਵਾਹੀ ਮਾਰ ਲੀਏ ਕੰਮ ਨਹੀਂ ਕਰ ਸਕਦੇ ਨਾ ਉਹਨਾਂ ਕਰਨਾ ਨਾ ਕੀਤਾ ਪੰਜਾਬ ਦੇ ਲੋਕ ਹੁਣ ਸਮਝ ਗਏ ਕਿ ਪੰਜਾਬ ਦੇ ਵਿੱਚ ਜੇ ਪਾਰਟੀ ਆ ਕੋਈ ਖੇਤਰੀ ਪਾਰਟੀ ਆ ਮਾਂ ਪਾਰਟੀ ਆ ਤੇ ਉਹ ਸ਼ਰਮਣੀ ਅਕਾਲੀ ਦਲ ਆ ਜਦੀ ਉਮਰ ਐ ਫੜੇ 100 ਸਾਲ ਹੋ ਗਈ 1000 ਹਾਲ ਦਾ ਜਿਹੜਾ ਮਤਲਬ ਚਰਬਾ ਕਹਿ ਲੋ ਪਰੋਸਾ ਕਹਿ ਲੋ ਵਿਸ਼ਵਾਸ ਕਹਿ ਲੋ ਜਦੋਂ ਜਨਮ ਅਕਾਲੀ ਦਲ ਬਣਿਆ ਉਹ ਪੂਰਾ ਜੋ ਭਾਵਨਾ ਜੋ ਕਿਹਾ ਹੀ ਉਹ ਕੀਤਾ ਅੱਜ ਲੋਕ ਫਿਰ ਉਸ ਮਹਿਸੂਸ ਕਰਨ ਲੱਗ ਪਏ ਕਿ ਸਾਡੇ ਨਾਲ ਵਿਸ਼ਵਾਸ ਘਾਤ ਹੋਇਆ ਅਸੀਂ ਧੋਖੇ ਦੇ ਵਿੱਚ ਆ ਗਏ ਤੋਂ ਮਹਿਸੂਸ ਕਰਦੇ ਕਿ 2022 ਦਾ ਜਿਹੜਾ ਮਿਸ਼ਨ ਹੈ ਉਹ ਚੋਣਾ ਜਿਹੜੀਆਂ ਆ ਰਹੀਆਂ ਉਹਦੇ ਵਿੱਚ ਬਹੁਤ ਵੱਡੀ ਬਹੁਮਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਾਸਤੇ ਲੋਕਾਂ ਨੇ ਮਨ ਬਣਾ ਲਿਆ ਅੱਜ ਦੇ ਕੱਠ ਤੋਂ ਤਾਂ ਅੰਦਾਜ਼ਾ ਲਾ ਲਿਆ ਉਹਨਾਂ ਨੇ ਸਰ ਕੇ ਸਾਹਿਬ ਬਾਰਡਰ ਤੇ ਬੈਠੇ ਏਰੀਆ ਤੇ ਬੈਠੇ ਹੋਏ ਕੀ ਕੀ ਮੁਸ਼ਕਿਲਤਾਵਾਂ ਨੇ ਬਾਰਡਰ ਏਰੀਆ ਦੀਆਂ ਕੋਨ ਵਪਾਰ ਵੀ ਬੰਦ ਹੋਇਆ ਟਾਰੀਵਾਗਾ ਬੰਦ ਰਹੀ ਤੇ ਕਿੰਨਾ ਕ ਨੁਕਸਾਨ ਹੋ ਰਿਹਾ ਆਈਸੀਪੀ ਬਣਾਈ ਸੀ ਕਿ ਕਾਫੀ ਰੋਜ਼ਗਾਰ ਮਿਲੇ ਸੀ ਲੋਕਾਂ ਨੂੰ ਪਰ ਉਹ ਇੱਥੇ ਵੀ ਬੰਦ ਪਿਆ ਇਹ ਬਾਰਡਰ ਦੇ ਵੀ ਮੈਂ ਸਮਝਦਾ ਜਿਹੜੀ ਦੇਣ ਆ ਉਹ ਸਭ ਤੋਂ ਵੱਡੀ ਦੇਣ ਕਾਂਗਰਸ ਦੀ ਹੈ ਉਹ ਫਿਰ ਸਾਡੇ ਸਰਕਾਰ ਜੋ ਵੀ ਸੀ ਆਪਣੇ ਨਹਿਰੂ ਸਾਹਿਬ ਜਿਉਂ ਨਾਏ ਪੰਗਾ ਲੈਂਦੇ ਕਿ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓ ਜਨਾਬ ਸਾਹਿਬ ਨਾਲ ਪਾ ਕੇ ਬਹਿ ਗਏ ਉਹ ਤਾਂ ਆਪਣਾ ਮੰਗਦੇ ਸੀ ਵੀ ਸਾਡਾ ਜਨਮ ਰੇਸ਼ੋ ਦੇ ਹਿਸਾਬ ਨਾਲ ਸਾਡਾ ਸਤਿਕਾਰ ਕਰੋ ਮਾਨ ਕਰੋ ਉਹਨਾਂ ਦੋ ਦੇਸ਼ ਬਣਾਤੇ ਸਭ ਤੋਂ ਜੇ ਮਨਾਂ ਵੀ ਵੱਧ ਨਿਸ਼ਾਨ ਹੋਇਆ ਤੇ ਉਹ ਸਾਡੇ ਬਾਰਡਰ ਅੰਮ੍ਰਿਤਸਰ ਜਿਲ੍ਹਾ ਜਿਹੜਾ ਜਾਂ ਬਾਕੀ ਜ਼ਿਲ੍ਹੇ ਜਿਹੜੇ ਬਾਰਡਰ ਤੇ ਆਉਂਦੇ ਨੇ ਉਹਨਾਂ ਲੋਕਾਂ ਦਾ ਆ ਧਰਤੀ ਵੰਡੀ ਗਈ ਆਵਾਜ਼ਾਂ ਵੀ ਬੰਦ ਹੋ ਗਈਆਂ ਰਿਸ਼ਤੇਦਾਰੀਆਂ ਛੁੱਟ ਗਈਆਂ ਜਾਇਦਾਦਾਂ ਛੁੱਟ ਗਈਆਂ ਔਰ ਜਦੋਂ ਜੰਗਾਂ ਲੱਗੀਆਂ ਉਹਨਾਂ ਵੀ ਸਾਡਾ ਬਹੁਤ ਨਿਸ਼ਾਨ ਹੋਇਆ ਮਤਲਬ ਘਰ ਛੱਡ ਕੇ ਵਾਪਸ ਦੂਰ ਨੇੜੇ ਜਾਣਾ ਪਿਆ ਕਿ ਜੰਗ ਲੱਗੀ ਉਹ ਵੀ ਵੱਡੀ ਦੇਣ ਕਰਦੀ ਜੇ ਜੇ ਹੁਣ ਰੌਣਕਾਂ ਲੱਗਣ ਲੱਗੀਆਂ ਸੀ ਲੱਗੀਆਂ ਤੋ ਵਾਲਪਰੀ ਸਾਹਿਬ ਸਾਡੇ ਸਤਕਾਰਯੋਗ ਤੇ ਬਲ ਸਾਹਿਬ ਨੇ ਜਦੋਂ ਬਾਈ ਬਸ ਜਾ ਕੇ ਉਧਰ ਸਮਝੌਤਾ ਕਰਕੇ ਆਏ ਤੇ ਉਹ ਲੋਕਾਂ ਦਾ ਕੰਮ ਚੱਲ ਪਿਆ ਆ ਹੁਣ ਫੇਰ ਇਹਨਾਂ ਨੇ ਸਰਕਾਰ ਨੇ ਆਕਸਾਈਡ ਡਿਊਟੀ ਇੰਨੀ ਵਧਾਤੀ ਉਹ ਮਲਾ ਵਿਚਾਰਾ ਗੱਲ ਲੜਾਈ ਤੇ ਇਹਨਾਂ ਦੀ ਮੰਨਦੀ ਸੀ ਮਟੇਵੇਂ ਦੀ ਜਾਂ ਹੋਰ ਸੀ ਤੋ ਡਿਊਟੀ ਵਧਾਉਣ ਦੇ ਨਾਲ ਵਪਾਰੀ ਕਿ ਉਹਨੂੰ ਉੱਥੇ ਜਿਹੜਾ ਮਾਲ ਉਤਰਨ ਛੋੜ ਹੁੰਦਾ ਸੀ ਉਹ ਪੂਰਾ ਲੈਂਦੇ ਨਹੀਂ ਉਹ ਬਾਰਡਰ ਬੰਦ ਹੋਣ ਦਾ ਕਾਰਨ ਹੈ ਕਿ ਸਰਕਾਰ ਦੀ ਕੇਂਦਰ ਸਰਕਾਰ ਦੀ ਨੀਤ ਜਿਹੜੀ ਹੈ ਉਹ ਪੂਰੀ ਕਲੀਅਰ ਨਹੀਂ ਗਈ ਹੋ ਜਨ ਉਸ ਮਨਨ ਵੀ ਉਹ ਕਰਨੀਆਂ ਚਾਹੀਦੀਆਂ ਦੋਨੋਂ ਸਰਕਾਰਾਂ ਨੂੰ ਮਿਲ ਕੇ ਰੋਜ਼ਗਾਰ ਵਧਾਉਣਾ ਜਿਹਦਾ ਤੇ ਜੇ ਉਹ ਕੰਮ ਚੱਲਦਾ ਤੇ ਉਹਦੇ ਨਾਲ ਟੈਕਸ ਵੀ ਸਰਕਾਰ ਨੂੰ ਆਉਂਦਾ ਆਰਥਿਕ ਤੇ ਤੌਰ ਤੇ ਵੀ ਦੇਖਦੇ ਵੀ ਵਿੱਚ ਬੜਾ ਵਾਧਾ ਹੁੰਦਾ ਸ਼ੂਬੇ ਦੇ ਵਿੱਚ ਵੀ ਹੁੰਦਾ ਇਹ ਵੀ ਦੇਣ ਵੀ ਬਾਰਡਰ ਦੀ ਮੈਂ ਸਮਝਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਉਹ ਵੇਲੇ वाजਪਾਈ ਸਾਹਿਬ ਨਾਲ ਮਿਲ ਕੇ ਕੀਤੀ 130 ਏਕੜੇ ਜਗ੍ਹਾ ਜਿਹੜੀ ਐਕਵਾਇਰ ਕੀਤੀ ਸੀ ਪੂਰਾ ਰੇਡ ਦੇ ਕੇ ਕੀਤੀ ਕਿਸਾਨ ਵੀਰਾਂ ਨੂੰ ਵੀ ਮਤਲਬ ਕੋਈ ਨਾ ਮਸ਼ਹੂਰਣਾਵੇ ਤੇ ਬਾਰਡਰ ਤੇ ਬੇਰੋਜ਼ਗਾਰੀ ਇੰਨੀ ਕੋਈ ਇੰਡਸਟਰੀ ਨਹੀਂ ਵਧੀਆ ਲੱਗਦੀ ਕਿ ਕੰਮ ਕਰਨੇ ਹੀ ਵਪਾਰੀ ਜਾਂਦਾ ਨਹੀਂ ਤੋ ਹੁਣ ਉਥੇ ਜਾਣ ਲੱਪੇ ਸੀ ਤੇ ਸਾਰਾ ਕੁਝ ਹੋਣ ਲੱਪੇ ਆਜੋ ਕਸਦਾ ਕੁੱਲੀ ਤਕਰੀਬਨ 1500 ਦੇ ਲਗਭਗ ਹੈ ਜਿਹੜਾ ਉਥੇ ਕੰਮ ਕਰਦਾ ਹੈ ਔਰ ਇਸੇ ਤਰ੍ਹਾਂ ਟੱਕਾਂ ਵਾਲੇ ਵੀ ਇਹਨਾਂ ਨੇ ਕਰਜ਼ੇ ਲੈ ਲੈ ਕੇ ਬੈਂਕਾਂ ਤੋਂ ਗੱਡੀਆਂ ਪਾਈਆਂ ਵੀ ਚੱਲੇ ਇਥੇ ਕੰਮ ਚੱਲਿਆ ਹੁਣ ਰੋਟੀ ਪਣੀ ਖਾਣ ਲੱਪੇ ਆਜੋ ਗੱਡੀਆਂ ਵੀ ਵੇਗੀਆਂ ਕਾਫੀ ਤੇ ਕੁੱਲੀ ਵੀ ਵਹਿਲੇ ਹੋਗੇ ਹੋਰ ਵੀ ਰਿਕਾਰ ਜਿਹੜੇ ਕੋਈ ਟੈਕਸੀਆਂ ਵਾਲੇ ਕੋਈ ਰਿਹੜੀਆਂ ਵਾਲੇ ਕੋਈ ਉਥੇ ਫੜੀਆਂ ਲਾਉਂਦੇ ਉਹ ਸਾਰੇ ਵਹਿਲੇ ਹੋ ਗਏ ਇਸ ਕਰਕੇ ਉਹ ਹੀ ਅਪੀਲ ਅੱਗੇ ਵੀ ਅਪੀਲ ਕੀਤੀ ਅੱਜ ਵੀ ਪ੍ਰਧਾਨ ਸਾਹਿਬ ਨੂੰ ਕਿਹਾ ਕਿ ਤੁਸੀਂ ਬਤਾਓ ਰਥੇ ਐਮਪੀ ਬੀਬਾ ਜੀ ਨੂੰ ਵੀ ਬੇਨਤੀ ਕੀਤੀ ਵੀ ਉਹਨਾਂ ਨੂੰ ਸੈਂਟਰ ਨਾਲ ਮਿਲ ਕੇ ਬੇਨਤੀ ਕਰੋ ਵੀ ਇੱਥੇ ਕੰਮਕਾਰ ਚੱਲੇ ਲੋਕਾਂ ਦਾ ਰੁਜ਼ਗਾਰ ਚੱਲੇ ਤੇ ਲੋਕ ਆਪ ਆਪਣੇ ਕੰਮਾਂ ਤੇ ਰੁਜ਼ਗਾਰ ਉੱਤੇ ਤੰਦਿਆਂ ਦੇ ਵਿੱਚ ਲੱਗਣ ਉਹ ਚੱਲਣਾ ਚਾਹੀਦਾ ਕਿਉਂਕਿ ਇੱਥੇ ਜਿੰਨਾ ਜੇ ਜਿੰਨਾ ਲੇਟ ਹੁੰਦਾ ਉਹ ਦੇਸ਼ ਦੀ ਆਰਥਿਕਤਾ ਤੇ ਵੀ ਫਰਕ ਪੈਂਦਾ ਔਰ ਬੇਰੁਜ਼ਗਾਰੀ ਤੇ ਵੀ ਪੈਂਦਾ ਤੇ ਲੋਕਾਂ ਦਾ ਜਿਹੜਾ ਰੁਜ਼ਗਾਰ ਉਹ ਵੀ ਖੋਦਾ ਤੇ ਲੋਕ ਰੋਟੀ ਤੋਂ ਵੀ ਇਹੋ ਜਿਹੇ ਜਿਹੜੇ ਉਹ ਕਈ ਜਿਹੜੇ ਕੁਲੀ ਵੀਰ ਆ ਜਾਂ ਮਜ਼ਦੂਰ ਨੇ ਉਹ ਤੰਗ ਉਹ ਪਰ ਸਮਾਜਿਕ ਸਿਹਤ ਦੇ ਸਿਹਤਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਉਹ ਬਾਰਡਰ ਜਿਹੜਾ ਚੱਲਣਾ ਚਾਹੀਦਾ। ਮਾਨ ਸਿੰਘ ਸਾਹਿਬ, ਕੀ ਲੀਡਰਾਂ ਨੂੰ ਕਰਵਾਉਣਾ ਤਾਂ ਨਹੀਂ ਲੱਗਦਾ ਕਰੋਨਾ ਦੇ ਲਗਾਤਾਰ ਕੇਸ ਵਧੇ ਜਾ ਰਹੇ ਨੇ। ਸਰਕਾਰ ਵੱਲੋਂ ਕਈ ਪਾਬੰਦੀਆਂ ਵੀ ਲਗਾਈਆਂ ਗਈਆਂ ਪਰ ਅੱਜ ਜਿਹੜਾ ਇਕੱਠ ਹੋਇਆ ਹਜ਼ਾਰਾਂ ਲੋਕ ਉੱਥੇ ਮੌਜੂਦ ਸੀਗੇ ਪਰ ਨਾ ਸੋਸ਼ਲ ਡਿਸਟੈਂਸ ਦਾ ਪਾਲਨ ਕੀਤਾ ਗਿਆ, ਨਾ ਜਿਹੜੀਆਂ ਗਾਈਡਲਾਈਨਸ ਹੈਗੀਆਂ ਉਹਨਾਂ ਪਾਲਨ ਕੀਤਾ ਗਿਆ। ਨਹੀਂ ਨਹੀਂ, ਗਾਈਡਲਾਈਨ ਤਾਂ ਹੀ ਕੀਤਾ ਹੀ ਉੱਥੇ ਕੈਂਪ ਵੀ ਲੱਗਾ ਸੀ ਸਾਹ ਤੁਹਾਨੂੰ ਦੇਖਿਆ ਗੁਰੂ ਨਾਨਕ ਹਸਪੀਟਲ ਆ ਰਹਿੰਦਾ ਸੀ ਲਵਾਏ ਨਾਲ ਮਾਰਸ਼ ਵੀ ਦਿੱਤੇ ਸੀ। ਔਰ ਨਾਲ ਕਿਹਾ ਵੀ ਹੀ ਪਾ ਕੇ ਸਾਰੇ ਵਰ ਉਹ ਜਿਹੜਾ ਉਹ ਬਾਹਰ ਪਾਗ ਨਾ ਜਿਹੜੇ ਉਹ ਸੈਨੀਟੇਸ਼ਨ ਜਿਹੜਾ ਕਰਦੇ ਉਹ ਹੱਥੋ ਤੁਸੀਂ ਧੋ ਕੇ ਅੰਦਰ ਹੁਣ ਪਰ ਵੱਡੇ ਇਕੱਠਾ ਥੋੜਾ ਬੋਧ ਹੋ ਜਾਂਦਾ ਪਰ ਫਿਰ ਵੀ ਪੂਰੇ ਹਰ ਬੰਦਾ ਕੀ ਕਰਨਾ ਜਿਹੜਾ ਕਰੋਨੇ ਦਾ ਅਸੀਂ ਕਿੰਨੇ ਵੀ ਇਹ ਨਹੀਂ ਵੀ ਅਸੀਂ ਕਹਿੰਦੇ ਵੀ ਇਹ ਹੈਗਾ ਨਹੀਂਗਾ ਪਰ ਸਰਕਾਰ ਜਿੰਨਾ ਜਿਆਦਾ ਲੋਕਾਂ ਨੂੰ ਕਰ ਰਹੀ ਹੈ ਨਾ ਜਿਵੇਂ ਰਾਤ ਦਾ ਕਰਫਿਊ ਹੁਣ ਰਾਤ ਨੂੰ ਜਿਹੜਾ ਕੋਈ ਬਾਹਰ ਫਿਰਦਾ ਰਾਤ ਤੇ ਲੋਕ ਆਪ ਆਪਣੇ ਕੰਮਾਂ 'ਚ ਥੱਕ ਟੁੱਟ ਕੇ ਰਾਤ ਨੂੰ ਪੈਂਦੇ ਉਹ ਵੀ ਲੋਕਾਂ ਨੂੰ ਤੰਗ ਕਰਨ ਵਾਸਤੇ ਇਹ ਕਾਨੂੰਨ ਬਣਾਤਾ ਪਰ ਉਹ ਤਾਂ ਪਾਲਣਾ ਕਰਨਾ ਜੀਦਾ ਉਹ ਹੀ ਇਹੀ ਰੈਲੀ ਚ ਵੀ ਵਰਕਰਾਂ ਨੂੰ ਪਹਿਲਾਂ ਵੀ ਕਿਹਾ ਸੀ ਵੀ ਮਤਲਬ ਆਪੋ ਆਪਣੇ ਸਿਸਟਮ ਦੇ ਮੁਤਾਬਕ ਜਿਹੜਾ ਨਾ ਜੋ ਹੈਲਥ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਜਿਹੜਾ ਕਰੋ ਪਰ ਉਹ ਉਹਨਾਂ ਹੈ ਨਹੀਂ ਜਿੰਨਾ ਜ਼ਿਆਦਾ ਸਰਕਾਰ ਨੇ ਆਪਣਾ ਹੂਆ ਬਣਾ ਵੀ ਲੋਕੀ ਸਭ ਨੂੰ ਇਹ ਨਾ ਪੁੱਛਣ ਵੀ ਡਵੈਲਪਮੈਂਟ ਕੀ ਕਰਦੇ ਹੋ ਜਾਂ ਕੰਮ ਕਰਕੇ ਕਰਦੇ ਧਿਆਨ ਧਿਆਨ ਧਣਕਾਉਣ ਦਾ ਜਿਹੜਾ ਕੰਮ ਹੈ ਵੀ ਉਹ ਦੂਜੇ ਪਾਸੇ ਲਾਹ ਹੜੀਏ ਲੋਕਾਂ ਨੂੰ ਲਾਹ ਹੜੀਏ ਤੇ ਸਾਡੇ ਵਾਲੇ ਕੁਝ ਨੂੰ ਪੁੱਛੇ ਨਾ ਵੀ ਸਾਡੀਆਂ ਨੌਕਰੀਆਂ ਕਿੱਥੇ ਆ ਸਾਡੇ ਕਰਜ਼ੇ ਮਾਫ਼ ਵਾਲੀ ਗੱਲ ਕਿੱਥੇ ਆ ਸਾਡੇ ਮੋਬਾਈਲਾਂ ਦੀ ਗੱਲ ਕਿੱਥੇ ਆ ਸਾਡੀਆਂ ਪੈਨਸ਼ਨਾਂ ਦਾ ਮਸਲਾ ਕਿੱਥੇ ਆ ਸਾਡੇ ਸੈਕੰਡ ਸਕੀਮਾਂ ਦਾ ਹਲਟਾ ਦਾਲਦੇ ਇਹ ਸਾਰੀਆਂ ਗੱਲਾਂ ਤੋਂ ਪਛੇ ਧਿਆਨ ਤਾ ਕੇ ਵਪਾਰੀ ਨੂੰ 5 ਰੁਪਏ ਬਤੀ ਦੇਣ ਦੀ ਗੱਲ ਕੀਤੀ ਸੀ ਤੇ ਉਹ ਹੁਣ ਇਹ ਵੇਲੇ 12 13 ਰੁਪਏ ਦੇ ਰਹੇ ਇਹ ਕਰਕੇ ਹਣਕ ਸਾਬ ਤੁਰਦੇ ਫੇਰ ਇੱਕ ਵਾਰੀ ਪਾਰਟੀ ਪ੍ਰਧਾਨ ਨੇ ਵਿਸ਼ਵਾਸ ਜਤਾਇਆ ਤੁਹਾਨੂੰ ਇਥੋਂ ਦਾ ਉਮੀਦਵਾਰ ਐਲਾਨ ਦਿੱਤਾ ਉਸ ਬਾਰੇ ਕੀ ਕਹੋਗੇ ਉਹ ਮੈਂ ਸੰਗਤਾਂ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਸੰਗਤਾਂ ਦਾ ਪਿਆਰ ਹੈ ਸੰਗਤਾਂ ਦਾ ਸਤਿਕਾਰ ਹੈ ਤੇ ਸੰਗਤਾਂ ਦਾ ਪਿਆਰ ਦੇਖ ਕੇ ਹੀ ਪਰੋਸ਼ਾ ਜਿਹੜਾ ਲੀਡਰ ਦਾ ਹੁੰਦਾ ਬੜਾ ਵੱਡਾ ਹੁੰਦਾ ਉਹਨਾਂ ਨੇ ਭਰੋਸਾ ਜਿਹੜਾ ਜਤਾਇਆ ਹੈ ਭਰੋਸਾ ਜਿਹੜਾ ਜਤਾਇਆ ਉਹ ਭਰੋਸੇ ਦੇ ਮੈਂ ਧੰਨਵਾਦ ਵੀ ਕਰਨਾ ਪ੍ਰਧਾਨ ਜੀ ਦਾ ਤੇ ਸੰਗਤਾਂ ਦਾ ਖਾਸ ਕਰਕੇ ਕਰਦਾ ਜਿਨ੍ਹਾਂ ਨੇ ਫੇਰ ਦੁਬਾਰਾ ਮਤਲਬ ਉਹਨਾਂ ਨੇ ਆਮਸ਼ਮੂਸ਼ ਕਰਦੇ ਪਈ ਹੀ ਲੀਡਰ ਤੋਂ ਜਿਹੜੇ ਕੇਹੀ ਵਰਡ ਨਾ ਪਾ ਕੇ ਪੇਸ਼ ਆਵੇ ਕਿਤਾ ਅੱਜ ਉਹਨਾਂ ਦੇ ਕਹਿਣ ਤੋਂ ਪਤਾ ਲੱਗਣਦਾ ਹੈ ਤੁਹਾਨੂੰ ਵੀ ਉਹ ਉਹਨਾਂ ਨੇ ਮਤਲਬ ਪ੍ਰਗਟਾਵਾ ਕੀਤਾ ਕਿ ਸਾਨੂੰ ਮਤਲਬ ਆਉਣ ਵਾਲੇ ਸਮੇਂ 'ਚ ਇਹ ਇਨਸਾਨ ਚਾਹੀਦੇ ਤੇ ਇਹ ਸਾਨੂੰ ਸਾਬਕਾ ਮੰਤਰੀ ਕੁਲਜਾਤ ਸਿੰਘ ਰਣਕੇ ਜਿੰਨੇ ਦੇ ਅਗਵਾਈ ਵਿੱਚ ਅੱਜ ਪ੍ਰਧਾਨ ਸਭਾ ਹਲਕਾ ਅਟਾਰੀ ਵਿਖੇ ਇੱਕ ਵਿਸ਼ਾਲ ਇਕੱਠ ਕੀਤਾ ਗਿਆ ਵੱਡੀ ਰੈਲੀ ਜਿਹੜੀ ਕੀਤੀ ਗਈ ਹੈ ਜਿਸ ਵਿੱਚ ਪਾਰਟੀ ਪ੍ਰਧਾਨ ਵੱਲੋਂ ਉਹਨਾਂ ਨੂੰ ਇੱਥੋਂ ਹਲਕੇ ਦਾ ਪਾਰਟੀ ਦੀ ਟਿਕਟ ਦਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਔਰ ਉਸ ਤੋਂ ਬਾਅਦ ਸਾਬਕਾ ਮੰਤਰੀ ਗੁਲਜਾਰ ਸਿੰਘ ਜੜੀ ਨੇ ਆਖਿਆ ਵੀ ਲਗਾਤਾਰ ਕਾਂਗਰਸ ਜਿਹੜੀ ਹੈ ਧਿਆਨ ਪਟਕਾਉਣ ਵਾਸਤੇ ਕਰੋਨਾ ਦਾ ਹਉਆ ਜਿਹੜਾ ਉਹ ਫੈਲਾਰੀ ਜਦ ਕੀ ਕਰੋਨਾ ਇਹਨਾਂ ਸਮੱਸਿਆ ਨਹੀਂ ਹੈ ਜਿੰਨਾਂ ਕਿ ਕਾਂਗਰਸ ਜਿਹੜੀ ਹੈ ਕਿਉਂਕਿ ਕਾਂਗਰਸ ਨੇ ਕੋਈ ਵੀ ਵਾਅਦੇ ਜਿਹੜੇ ਨੇ ਉਹ ਪੂਰੇ ਨਹੀਂ ਕੀਤੇ ਜਿਸ ਕਰਕੇ ਲਗਾਤਾਰ ਕਾਂਗਰਸ ਜਿਹੜੀ ਹੈ ਪੰਜਾਬੀਆਂ ਦਾ ਧਿਆਨ ਪਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੈਮਰਾ ਪਰਸਨ ਮੁਕੇ ਬਾਬਾ ਮਨਾ ਸਿਕੰਦਰ ਪਸਰੀ ਚਾ ਦੈਨਿਕ ਸ੍ਰੀ ਅਟੀਵੀ ਅਮਰਸਰ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे में समाधान फ्री फ्री फ्री, फ्री मिया रफीक मोहम्मद मोबाइल चौरासी तीन सौ चौहत्तर राधे शर्मा चमत्कार होंगे अपनी अखा के सामने चौबीस घंटे परेशानी विदेश यात्रा लॉटरी तो तुम मिलेगा ज नहीं सच्चाई जानो लॉटरी नंबर पाओ छो उदी गुप्त रखी जाएगी प्यार धोखा खाए प्रेमी प्रेमिका एक बार जरूर मिलो मैं प्यार टुटन नहीं देवगा मोबाइल अठानवे सात सौ अठाठ जीरो 8558838617